नमस्कार आदाब सत श्रीकाल मैं हरदीप सिंह आज श्री मनीष तिवारी जी का स्वागत करता हूं मेरे बहुत फक्र है कि आज हमारे साथ चंडीगढ़ कॉन्स्टिट्यूएंसी के श्री मनीष तिवारी जी हैं जो कांग्रेस और इंडिया अलायंस की तरफ से हमें रिप्रेजेंट करेंगे मनीष जी आई हैव अ अ डीप क्वेश्चन इन माय माइंड ए फिफ्टी एट ईयर्स ऑफ यंग मैन आई वुड से एट द एज ऑफ रिटायरमेंट इज टूडे विद वेरी वेल अप to accept the challenge and change the society what do you think about this sir well age uh, <laughs> is a is a function of the mind yes so, i agree so therefore uh, you are as old as you think you are so आदमी उतना ही अपने आप को बुजुर्ग समझता है या नौजवान समझता है जितना समझना चाहे और ਜੇ ਪੰਜਾਬੀ ਚ ਕਹੋ ਕਿ 58 ਦੇ ਤਾਂ ਜ਼ਿੰਦਗੀ ਸ਼ੁਰੂ ਹੁੰਦੀ ਹੈਗੀ ਵੈਰੀ ਟਰੂ ਸਰ ਵੈਰੀ ਟਰੂ ਸੋ ਸਰ ਵਾਟ ਚੇਂਜਡ ਯੂ ਅ ਲਾ ਸਟੂਡੈਂਟ ਟੂ ਪੋਲਿਟਿਕਸ ਵਾਟ ਵਾਸ देयर ਵਿਚ ਬ੍ਰੌਟ ਯੂ ਹੇਅਰ ਐਕਸੀਡੈਂਟ ਕੋਇਨਸੀਡੈਂਸ ਇਹ ਮੇਰੇ ਸਰਕਾਰੀ ਉਹ ਪਿਤਾ ਜੀ ਦੀ ਸ਼ਹਾਦਤ ਨਾ ਹੋਈ ਹੁੰਦੀ ਜੀ ਔਰ ਪੰਜਾਬ ਉਸ ਦੌਰ ਚੋਂ ਨਾ ਨਿਕਲ ਰਿਹਾ ਹੁੰਦਾ ਔਰ ਮੈਂ ਇਹ ਨਹੀਂ ਸੋਚਦਾ ਕਿ ਇਸ ਮਹਾਸੰਗਰਾਮ ਦੇ ਵਿੱਚ ਇਸ ਮੁਲਕ ਦੇ ਰਾਸ਼ਟਰਵਾਦ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਮੁਕ ਮੁਲਕ ਦੀ ਇਕਤਾ ਔਰ ਅਖੰਡਤਾ ਨੂੰ ਮੁਲਕ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਵੱਖਵਾਦੀ ਤਾਕਤਾਂ ਸੀਗੀਆਂ ਜਾਂ ਜਿਹੜੇ ਅਤਵਾਦ ਯਕੀਨ ਕਰਦੇ ਸੀਗੇ ਉਹਨਾਂ ਦੇ ਖਿਲਾਫ ਵਿਚਾਰਾਤਮਕ ਲੜਾਈ ਲੜਨੀ ਜ਼ਰੂਰੀ ਹੈ ਤਾ ਸ਼ਾਇਦ ਮੈਂ ਸਿਆਸਤ 'ਚ ਨਾ ਹੁੰਦਾ ਗੁੜੀ ਗੱਲ ਕਹਿਤੀ ਸਰ ਤੁਸੀਂ ਕਿਉਂਕਿ ਉਹ ਸਮਾਂ ਮੈਨੂੰ ਯਾਦ ਹੈ ਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਉਹ ਜੋ ਸਮਾਂ ਸੀਗਾ ਉਹ ਸਮਾਂ ਬਹੁਤ ਹੀ ਇੱਕ ਇਹੋ ਜਿਹਾ ਸਮਾਂ ਸੀ ਸਾਡੇ ਵਾਸਤੇ ਸਾਡੇ ਬਜ਼ੁਰਗਾਂ ਵਾਸਤੇ ਸਾਡੇ ਸੀਨੀਅਰਸ ਵਾਸਤੇ ਜਿਹੜੇ ਉਹ ਸਮੇਂ ਚੋਂ ਲੰਘੇ ਉਹ ਫਿਰ ਠੀਕ ਹੈ ਜੋ ਨਿਖਰ ਕੇ ਅੱਜ ਤੁਸੀਂ ਉਹ ਸੋਨੇ ਦੀ ਤਰ੍ਹਾਂ ਇਸ ਸਮਾਜ ਦੇ ਵਿੱਚ ਤੁਰ ਰਹੇ ਹੋ ਐਂਡ ਆਈ ਰੀਅਲੀ ਸੈਲੂਟ ਯੂ ਫਾਰ ਯੋਰ ਹਾਂ ਚੰਟੀਕਣ ਵਰਗੇ ਸ਼ਹਿਰ 3 ਵਜੇ ਦੁਬਾਰਾ ਦੁਕਾਨਾਂ ਬੰਦ ਹੋ ਜਾਂਦੀ ਅਸੀਂ ਹਾਂ how do you think uh, a young fellow of 18 years age in chandigarh would connect with you and select you as their rehnuma bahut sare lokanu eh pata nahi hai ga ki jadon main bharatiya rashtriya chhatra sangathan nsu aid da komi pradhan si rashtriya adhyaksh si te main ladai ladi si gi ਕੀ ਮਤਦਾਨ ਦੀ ਜਿਹੜੀ ਆਯੂ ਸੀਮਾ ਹੈ ਉਹ 21 ਤੋਂ ਘਟਾ ਕੇ 18 ਕੀਤੀ ਜਾਵੇ। ਔਰ 1988 ਦੇ ਵਿੱਚ ਮਹਰੂਮ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੇ ਮੇਰੀ ਸਾਡੀ ਉਹ ਗੱਲ ਮੰਨੀ ਔਰ ਜੇ ਅੱਜ 18 ਸਾਲ ਦਾ ਨੌਜਵਾਨ ਵੋਟ ਪਾ ਰਿਹਾ ਹੈ ਤੇ ਮੈਂ ਬਹੁਤ ਹੀ ਇੱਕ ਸਿਰ ਚੁਕਾ ਕੇ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਉਦ ਵਿੱਚ ਮੇਰਾ ਬੜਾ ਵੱਡਾ ਯੋਗਦਾਨ ਹੈਗਾ। ਸੀ ਉਦੋਂ ਆ ਸਵਰਗੀ ਸ਼੍ਰੀ ਰਜੀਵ ਗਾਂਧੀ ਨੂੰ ਕਿਹਾ ਕਿ ਜੇ ਤੁਸੀਂ 18 ਸਾਲ ਦੇ ਮੁੰਡੇ ਨੂੰ ਬੰਦੂਕ ਛੱਤ ਹੱਥ ਪੜਾ ਕੇ ਹਿੰਦੁਸਤਾਨ ਦੇ ਬਾਰਡਰ ਦੀ ਹਿਫਾਜ਼ਤ ਤੇ ਭੇਜ ਸਕਦੇ ਹੈਗੇ ਹੋ ਤਾਂ ਉਹਨੂੰ ਤੁਸੀਂ ਆ ਵੋਟ ਦਾ ਅਧਿਕਾਰ ਕਿਉਂ ਨਹੀਂ ਦੇ ਸਕਦੇ ਔਰ ਇਸ ਲਈ ਟੂ 올 ਮਾਈ ਯੰਗ ਫਰੈਂਡਸ ਹੂ ਆਰ ਗੋਇੰ ਟੂ ਬੀ ਫਰਸਟ ਟਾਈਮ ਵੋਟਰਸ ਆਈ ਊਡ ਲਾਈਕ ਟੂ ਅਪੀਲ ਟੂ ਯੂ ਡੂ ਵੋਟ ਐਂਡ ਡੂ ਵੋਟ to save this nation 10 years of congress and 10 years of bjp how do you see both the terms you may uh, feel that this is a partisan answer par main bahut zimmedari nal kar keh reha hai inna ne mulk barbad karde da sach hm firqa parasti lokan nu ik dooji nal ladauna apna garib ameer de vich inna fark pauna hm sarkar ਇਕ ਸਰਮਾਇਦਾਰ ਵਾਸਤੇ ਕੰਮ ਕਰੇ ਨਾ ਕਿ 140 ਕਰੋੜ ਲੋਕਾਂ ਵਾਸਤੇ ਇੱਕ ਇਹ ਜਿਹਾ ਮੁਲਕ ਅਸੀਂ ਬਣਾਉਣਾ ਚਾਹੁੰਦੇ ਜਿਹੜਾ ਬੋਲੇ ਉਹਦਾ ਤੁਸੀਂ ਗਲਾ ਘੋਟ ਦਿਓ ਚੰਡੀਗੜ੍ਹ ਚ ਹੋਇਆ ਮੇਅਰ ਦੀ ਇਲੈਕਸ਼ਨ ਚ ਉਹ ਕਿਸੇ ਤੋਂ ਵਾਂਝਾ ਨਹੀਂ ਹੈਗਾ ਬਿਲਕੁਲ ਸੋ ਇਸ ਲਈ ਇਹ ਜਿਹੜੀ ਲੜਾਈ ਹੈਗੀ ਹੈ ਇਹ ਅਸੀਂ ਕਿਸੇ ਅਸੂਲਾਂ ਤੇ ਇਸ ਹਿੰਦ ਇਸ ਦੇ ਮੁਲਕ ਦੇ ਲੋਕ ਰਾਜ ਨੂੰ ਸੰਵਿਧਾਨ ਨੂੰ ਬਚਾਉਣ ਵਾਸਤੇ ਲੜ ਰਹੇ ਹਾਂ You've said, touched a very uh, right uh, thing, sir, that Chandigarh has faced such a thing which was highlighted ho across the world. And thanks to the judiciary which intervened and, you know, took, and thanks to the people in the opposition as well. this is a trailer. ਪਾਰਲੀਮੈਂਟ ਦੇ ਵਿੱਚ ਐਡਾ ਵੱਡਾ ਸਿਕਿਉਰਿਟੀ ਬ੍ਰੀਚ ਹੁੰਦਾ ਉਸ ਦਿਨ ਜਿਸ ਦਿਨ ਉਸ ਤੋਂ 23 ਸਾਲ ਪਹਿਲੇ ਪਾਰਲੀਮੈਂਟ ਤੇ ਅਤਵਾਦੀ ਹਮਲਾ ਹੋਇਆ ਸੀਗਾ ਜੇ ਵਿਰੋਧੀ ਧਿਰ ਸਵਾਲ ਪੁੱਛਦੀ ਹੈਗੀਏ ਤੁਸੀਂ 155 MP ਨੂੰ ਹਾਊਸ ਤੋਂ ਕੱਢ ਦਿੰਦੇ ਹੈਗੇ ਵਾਟ ਕਾਈਂਡ ਆਫ ਅ ਕੰਟਰੀ ਆਰ ਵੀ ਕ੍ਰੀਏਟਿੰਗ ਸੋ ਥਿਸ ਇਜ਼ ਅ ਫਾਈਟ ਟੂ ਸੇਵ ਦ ਕੰਟਰੀ ਵਾਟ ਬੀਜਪੀ ਮਿਸਡ ਇਨ ਲਾਸਟ 10 ইয়ারਸ ਵਾਟ ਯੂ ਥਿੰਕ ਯੂ ਗੋਇੰ ਟੂ ਅਚੀਵ ਵਾਟਸ ਵਿਜ਼ਨ ਐਂਡ ਮਿਸ਼ਨ ਆਫ ði ਅਲਾਈਐਂਸ ਵਿਚ ਹੈਸ ਹੈਪਨਡ And how do you see yourself after these elections see our fundamental objective is to create a humane society right which is based upon civil liberties which is based upon the rule of law mm -hmm. which is based upon uh, uh, the 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 fundamental freedoms which have been guaranteed to us by our founding fathers mm -hmm. you know ਫੁੱਟਪਾਥ ਤੇ ਚਾਂਦੀ ਦੇ ਵਰਕ ਚੜਾ ਲਓ ਇਹਨਾਂ ਦਾ ਕੋਈ ਮਾਇਨਾ ਨਹੀਂ ਹੈ ਜੇ ਤੁਹਾਡੀ ਬੋਲਣ ਦੀ ਆਪਣੀ ਗੱਲ ਕਹਿਣ ਦੀ ਆਜ਼ਾਦੀ ਤੁਹਾਡੇ ਤੋਂ ਖੁੰਝ ਜਾਣੀ ਹੈ ਜੀ ਸੋ ਇਸ ਲਈ ਮੈਂ ਤੁਹਾਡੇ ਸਾਰੇ ਸ਼੍ਰੋਤਾਵਾਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਇਹ ਮਿਊਨਿਸਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਹੈ ਇਸ ਮੁਲਕ ਨੂੰ ਬਚਾਉਣ ਦਾ ਇਲੈਕਸ਼ਨ ਹੈ ਹਾਂ ਸੜਕਾਂ ਵੀ ਜ਼ਰੂਰੀ ਨੇ ਫੁੱਟਪਾਥ ਵੀ ਜ਼ਰੂਰੀ ਨੇ ਜਿਹੜੇ ਲੋਕਲ ਇਸ਼ੂਜ਼ ਨੇ ਉਹ ਬਹੁਤ ਜ਼ਰੂਰੀ ਨੇ ਪਰ ਇੱਕ ਗੱਲ ਆਪਣੇ ਜ਼ਿਹਨ ਚ ਜ਼ਰੂਰ ਰੱਖਣਾ ਕਿ ਜਿਵੇਂ ਮੈਂ ਪਹਿਲਾਂ ਆਖਿਆ ਸੜਕਾਂ ਸੋਨਿਆਂ ਦੀ ਬਣਾ ਲਓ ਉਠਪਾਤ ਤੇ ਚਾਂਦੀ ਦੇ ਵਰਕ ਚੜਾ ਲਓ ਜੇ ਇਸ ਮੁਲਕ ਚ ਚੋਣ ਹੀ ਨਹੀਂ ਹੋਣੀ ਹੈਗੀ ਲੋਕ ਰਾਜੀ ਮੁੱਕ ਜਾਣਾ ਹੈਗਾ ਤੇ ਇਹ ਜੇ ਮੁਲਕ ਚ ਅਪਜੀ ਜੀਣਾ ਚਾਹਾਂਗੇ ਇਹ ਬੁਨਿਆਦੀ ਸਵਾਲ ਹੈ ਮਹੇਸ਼ੀ ਥੈਂਕ ਯੂ ਫॉर ਯੋਰ ਟਾਈਮ ਐਂਡ ਇਟ ਵਾਸ ਅ ਪਲੇਜ਼ਰ ਬੀਂਗ ਵਿਦ ਯੂ ਆਈ ਵਾਂਟ ਟੂ ਐਡਰੈਸ ਮਾਈ ਵਿਊਅਰਸ ਬਾਈ ਸੇਇੰਗ ਥਿਸ that my dear friends this gentleman who has come across a big mile and seen his fathers shahadati kamagam hai ki oh jo qurbani da bhav leke inanne e beeda chakke aake samaj nu sudharna oh hi beeda chakke ajj e sade vich aaye ne main sareyan nu appeal karda is te gaur karna inna da saath dena dhanwad